5 ਤਰੀਕ ਮੇਰਾ ਸਬ ਇਨਸਪੈਕਟਰ ਦਾ ਐਗਜ਼ਾਮ ਸੀਗਾ ਤੇ ਜਿਵੇਂ ਹੀ ਮੈਂ ਘਰੋਂ ਨਿਕਲੀ ਤਾਂ ਮੈਂ ਬਠਿੰਡਾ ਬੱਸ ਸਟੈਂਡ ਦੇ ਵਿੱਚ ਜਿਵੇਂ ਐਂਟਰ ਕੀਤਾ ਤਾਂ ਬਹੁਤ ਜ਼ਿਆਦਾ ਬਾਰਿਸ਼ ਹੋਣ ਕਰਕੇ ਵੈਦਰ ਬਹੁਤ ਜ਼ਿਆਦਾ ਖਰਾਬ ਸੀਗਾ ਤੇ ਸਾਰੀਆਂ ਰੋਡਸ ਸਟਕ ਸੀਗੀਆਂ ਤੇ ਪਾਣੀ 3 ਤੋਂ 4-4 ਫੁੱਟ ਭਰਿਆ ਹੋਇਆ ਸੀਗਾ ਆਪਾਂ ਜਦੋਂ ਬੱਸ ਲਈ ਤਾਂ 2-3 ਵਾਰ ਸਾਨੂੰ ਬੱਸ ਦੇ ਵਿੱਚ ਵੀ ਪ੍ਰੋਬਲਮ ਆਈ ਅਸੀਂ ਗਏ ਤਾਂ ਮੈਨੂੰ 5 ਤੋਂ 7 ਮਿੰਟ ਉੱਥੇ ਲੱਗ ਗਏ ਮੇਰੇ ਤੋਂ ਪਹਿਲਾਂ ਵੀ ਕਾਫੀ ਜਣੇ ਖੜੇ ਸੀਗੇ ਤੇ ਗੇਟ ਕਲੋਜ਼ਿੰਗ ਟਾਈਮ ਠੀਕ ਹੈ ਉਹ ਬੋਲ ਰਹੇ ਸੀਗੇ ਇਦਾਂ ਪਰ ਸਾਡੀ ਉਹਨਾਂ ਨੇ ਕੋਈ ਵੀ ਗੱਲ ਨਹੀਂ ਸੁਣੀ ਨੌ ਵਜੇ ਸਾਡਾ ਜਿਹੜਾ ਐਗਜ਼ਾਮ ਹੈ ਉਹ ਸਕਰੀਨ ਦੇ ਉੱਪਰ ਸਟਾਰਟ ਹੁੰਦਾ ਹੈ ਈਵਨ ਕਿ ਸਾਡੇ ਕੋਲ 20 ਤੋਂ 25 ਮਿੰਟ ਫਿਰ ਵੀ ਪਏ ਸੀ ਉਹ ਕਿਵੇਂ ਵੀ ਐਡਜਸਟ ਕਰ ਸਕਦੇ ਸੀਗੇ ਪਰ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਉਸ ਤੋਂ ਬਾਅਦ ਜਦੋਂ ਅਸੀਂ ਥੋੜ੍ਹਾ ਜਿਹਾ ਉਹਨਾਂ ਦੇ ਖਿਲਾਫ ਹੋਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਲਾਠੀ ਚਾਰਜ ਕਰਨ ਦਾ ਆਰਡਰ ਵੀ ਦੇ ਦਿੱਤਾ ਅਸੀਂ ਮੇਲਸ ਪਾਈਆਂ ਸੀਐਮ ਸਾਹਿਬ ਨੂੰ ਤਾਂ ਉਹਨਾਂ ਦਾ ਸਾਨੂੰ ਮੇਲ ਤੇ ਰਿਵਰਟ ਇਹੀ ਆਇਆ ਕਿ ਤੁਸੀਂ DGP ਨਾਲ ਜਿਹੜਾ ਹੈਗਾ ਉਹ ਉਹਨਾਂ ਨੂੰ ਮੇਲ ਕਰੋ ਤੇ ਉੱਥੋਂ ਸਾਨੂੰ ਹਜੇ ਤੱਕ ਕੋਈ ਰਿਵਰਟ ਨਹੀਂ ਆਇਆ ਤੁਹਾਨੂੰ ਸ਼ੁਰੂ ਤੋਂ ਸ਼ੌਂਕ ਸੀ ਕਿ ਮੈਂ ਪੁਲਿਸ ਦੇ ਵਿੱਚ ਹੀ ਜਾਣਾ ਹੈ ਸੀਸੀ ਕੈਡਿਟ ਵੀ ਰਹੀ ਹੋ ਤੁਸੀਂ ਕੈਡਿਟ ਰਹੀ ਹਾਂ 2014 ਦੇ ਵਿੱਚ ਮੈਂ RDC ਰਿਪਬਲਿਕ ਡੇ ਤੇ ਇੰਡੀਆ ਨੂੰ ਪ੍ਰੈਜ਼ੈਂਟ ਕਰਕੇ ਆਈ ਹਾਂ ਤੇ ਉੱਥੇ ਮੈਂ ਆਲ ਇੰਡੀਆ ਕਮਾਂਡਰ ਵੀ ਸੀ ਮਤਲਬ ਆਪਣੇ ਡਾਇਰੈਕਟੋਰੇਟ ਦੀ ਤਾਂ ਮੇਰੇ ਕੋਲ ਬਹੁਤ ਸਾਰੀਆਂ ਜਿਵੇਂ ਫੋਟੋਗ੍ਰਾਫਸ ਹੈਗੀਆਂ ਮੈਂ ਉਹ ਚੈਨਲ ਨੂੰ ਦੇ ਸਕਦੀ ਹਾਂ ਮੇਰੀ ਸ਼ੁਰੂ ਤੋਂ ਹੌਬੀ ਸੀ ਮੇਰਾ ਡ੍ਰੀਮ ਸੀ ਕਿ ਮੈਂ ਇਸ ਲਾਈਨ ਦੇ ਵਿੱਚ ਜਾਣਾ ਪਰ ਮੈਂ ਕਦੇ ਇਹ ਨਹੀਂ ਸੋਚਿਆ ਸੀ ਕਿ ਮੈਂ ਜਿਹੜੀ ਲਾਈਨ ਦੇ ਵਿੱਚ ਜਾਣਾ ਚਾਹੁੰਦੀ ਹਾਂ ਉੱਥੋਂ ਦਾ ਸਿਸਟਮ ਇੰਨਾ ਖਰਾਬ ਹੋ ਸਕਦਾ ਗੁੱਸਾ ਬਹੁਤ ਚੜਿਆ ਕੀ ਲੱਗਦਾ ਤੁਹਾਡਾ ਜਿਹੜਾ ਚਾਂਸ ਸੀਗਾ ਖੋ ਲਿੱਤਾ ਗਿਆ ਪ੍ਰਸ਼ਾਸਨ ਵੱਲੋਂ ਜਾਂ ਪਿਛਲੀ ਸਰਕਾਰ 2016 ਦੇ ਵਿੱਚ ਪੁਲਿਸ ਦੀ ਭਰਤੀ ਜਿਹੜੀ ਕਰਕੇ ਗਈ ਸੀ ਅਕਾਲੀ ਸਰਕਾਰ ਸੀਗੀ ਹੁਣ ਇਹਨਾਂ ਨੇ 4 ਸਾਲਾਂ ਬਾਅਦ ਸਾਨੂੰ ਫੇਰ ਹੁਣ ਮੌਕਾ ਦਿੱਤਾ ਤਾਂ ਹੁਣ ਵੀ ਜਿੰਨੀਆਂ ਕੁ ਪੋਸਟਾਂ ਆਈਆਂ ਅਸੀਂ ਫੇਰ ਐਲੀਜੀਬਲ ਹੋ ਕੇ ਚਲੋ ਭਰੀਆਂ ਪਰ ਸਾਡਾ ਲਾਸਟ ਚਾਂਸ ਸੀ ਪੋਸਟਾਂ ਸੀਗੀਆਂ ਇਸ ਵਾਰ ਜਿਹੜੀਆਂ 160 ਸੀਗੀਆਂ ਸਬ ਇੰਸਪੈਕਟਰ ਦੀਆਂ ਇਹ ਲਾਸਟ ਹੀ ਚਾਂਸ ਸੀਗਾ ਸਾਡਾ ਤਾਂ ਉਹ ਵੀ ਸਾਡੇ ਤੋਂ ਹੁਣ ਖੋ ਲਿਆ ਗਿਆ ਇੱਕ ਹਿਸਾਬ ਨਾਲ ਗੁੱਸੇ ਦੇ ਵਿੱਚ ਕਹਿ ਰਹੇ ਸੀ ਕਿ ਸਾਨੂੰ ਜਾਣ ਦਿਓ ਕੁਝ ਟਾਈਮ ਰਹਿ ਗਿਆ ਦੱਸਿਆ ਸਰ ਟਾਈਮ ਤਾਂ ਕੁਝ ਟਾਈਮ ਤਾਂ ਆਪਾਂ ਉਹਨਾਂ ਦੀਆਂ ਰੋ ਕੇ ਮਿੰਨਤਾਂ ਹੀ ਕੀਤੀਆਂ ਵੀ ਸਾਡਾ ਫਿਊਚਰ ਦਾ ਸਵਾਲ ਹੈ ਤੁਸੀਂ 1 ਮਿੰਟ ਦੇ ਕਰਕੇ ਸਾਡਾ ਫਿਊਚਰ ਨਾ ਖਰਾਬ ਕਰੋ ਤੁਸੀਂ ਵੀ ਸਾਡੀ ਜਗ੍ਹਾ ਤੋਂ ਹੀ ਗਏ ਹੋ ਤੁਸੀਂ ਸਿੱਧੇ ਡਾਇਰੈਕਟ ਆਫੀਸਰ ਨਹੀਂ ਗਏ ਤਾਂ ਮਤਲਬ ਸਾਡੇ ਨਾਲ ਮਿਸ ਬਿਹੇਵ ਵੀ ਹੋਇਆ ਪਰ ਇੱਥੇ ਟਾਈਮ ਕਿਉਂ ਲਿਖਿਆ ਸਰ 9 ਵਜੇ ਦਾ ਸਾਨੂੰ ਸਾਡੇ 8 ਵਜੇ ਐਂਟਰੀ ਨਹੀਂ ਕਰਨ ਦਿੱਤੀ ਗੰਦ ਸਿਸਟਮ ਹੈ ਗੰਦ ਜਾਂ 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 ਸਾਢੇ 4 ਸਾਲ ਹੋ ਗਏ ਹੁਣ 22 ਚ ਇਲੈਕਸ਼ਨ ਹੈਗਾ ਕਾਂਗਰਸ ਸਰਕਾਰ ਨੇ ਭਰਤੀ ਕਰ ਦੀ ਲੱਗਦਾ ਤੁਹਾਨੂੰ ਵੋਟ ਬੈਂਕ ਵਾਸਤੇ ਕੀਤਾ ਸਾਰਾ ਕੁਝ ਇਹ ਡਰਾਮੇਬਾਜ਼ੀ ਹੈ ਮੈਂ ਫਿਲਹਾਲ ਤਾਂ ਕੁਝ ਵੀ ਇਸ ਚੀਜ਼ ਦੇ ਨਾਲ ਰਿਲੇਟਡ ਕੁਝ ਕਹਿਣਾ ਨਹੀਂ ਚਾਹੁੰਦੀ ਪਰ ਸਾਰਾ ਕੁਝ ਲੋਕਾਂ ਦੇ ਸਾਹਮਣੇ ਹੀ ਆ ਸਭ ਨੂੰ ਸਭ ਦੀਆਂ ਅੱਖਾਂ ਖੁੱਲ ਚੁੱਕੀਆਂ ਨੇ ਪਹਿਲੀ ਸ਼ਿਫਟ ਵਾਲਾ ਜਿਹੜਾ ਐਗਜ਼ਾਮ ਸੀ ਉਹ ਥੋੜਾ ਮਿਸ ਹੋਇਆ ਉਹ ਮਿਸ ਹੋਇਆ ਉਹਨੂੰ ਸ਼ਫਲ ਕਰ ਸਕਦੇ ਸੀਗੇ ਕਿਸੇ ਸੀਨੀਅਰ ਆਫੀਸਰ ਨਾਲ ਗੱਲ ਕਰਕੇ ਪਰ ਉਹਨਾਂ ਨੇ ਕੋਸ਼ਿਸ਼ ਹੀ ਨਹੀਂ ਕੀਤੀ ਸਾਨੂੰ ਪੌਣੇ ਘੰਟੇ ਤੋਂ ਖੜਾ ਰੱਖਿਆ 9 ਵਜੇ ਦਾ ਟਾਈਮਿੰਗ ਆ ਸਾਨੂੰ ਸੀਨੀਅਰ ਆਫੀਸਰ ਲੈ ਕੇ ਦਵੇ ਵੀ ਸਾਡਾ ਟਾਈਮ ਆਫਟਰ ਦੇ ਦਾ ਇਹ ਕਿਉਂ ਦਿੱਤੇ ਆ ਰੋਲ ਨੰਬਰ ਕੈਪਟਨ ਸਾਹਿਬ ਤੋਂ ਇਹੀ ਮੰਗ ਹੈ ਵੀ ਤੁਸੀਂ ਸਾਡੇ ਇਸ ਟੌਪਿਕ ਤੇ ਥੋੜਾ ਜਿਹਾ ਧਿਆਨ ਦਿਓ ਅਸੀਂ ਚਾਹੁੰਦੇ ਆ ਵੀ ਸਾਡੇ ਜਿਹੜੇ ਐਲੀਜੀਬਲ ਕੈਂਡੀਡੇਟ ਰਹਿ ਗਏ ਆ ਤੁਸੀਂ ਇੱਕ ਵਾਰ ਉਹਨਾਂ ਨੂੰ ਚਾਂਸ ਜ਼ਰੂਰ ਦਿਓ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਪਿਛਲੇ ਦਿਨ ਇੱਕ ਵੀਡੀਓ ਬਹੁਤ ਵਾਇਰਲ ਹੋਇਆ ਜਿਹਦੇ ਵਿੱਚ ਇੱਕ ਲੜਕੀ ਚੀਕ ਚੀਕ ਕੇ ਪ੍ਰਸ਼ਾਸਨ ਤੇ ਸਿਸਟਮ ਦੇ ਖਿਲਾਫ ਸਰਕਾਰਾਂ ਦੇ ਖਿਲਾਫ ਰੋਸ ਜ਼ਾਹਰ ਕਰ ਰਹੀ ਹੈ ਉਹ ਜਿਹੜੀ ਵੀਡੀਓ ਸੀਗੀ ਬਠਿੰਡਾ ਦੇ ਆਦੇਸ਼ ਹਸਪੀਟਲ ਦੇ ਸਾਹਮਣੇ ਇੱਕ ਸੈਂਟਰ ਬਣਿਆ ਹੋਇਆ ਜਿੱਥੇ ਕਿ ਸਬ ਇੰਸਪੈਕਟਰ ਦੇ ਇਗਜ਼ਾਮ ਦੇਣ ਵਾਸਤੇ ਜਿਹੜੇ ਹੈ ਵੱਖ ਵੱਖ ਜ਼ਿਲ੍ਹਿਆਂ 'ਚੋਂ ਜਿਹੜੇ ਮੁੰਡੇ ਕੁੜੀਆਂ ਪਹੁੰਚੇ ਸੀ ਤਾਂ 22 ਤਰੀਕ ਦਾ ਦਿਨ ਸੀਗਾ ਮੁਸਲਾਧਾਰ ਮੀਂਹ ਪਿਆ ਮੀਂਹ ਪੈਣ ਦੇ ਨਾਲ ਸਾਰਾ ਸ਼ਹਿਰ ਬਠਿੰਡਾ ਜਿਹੜਾ ਜਲਤਲ ਹੋ ਗਿਆ ਸ਼੍ਰੀ ਮੁਕਤਸਰ ਸਾਹਿਬ ਦੀ ਕੁੜੀ ਸੀ ਗੋਵਿੰਦਰ ਕਰੋ ਦਾ ਨਾਮ ਹੈ ਮੇਰੇ ਨਾਲ ਤੁਹਾਨੂੰ ਤਸਵੀਰ ਦਿਖਾ ਦਾਂ ਇਹੀ ਇਗਜ਼ਾਮ ਦੇਣ ਵਾਸਤੇ ਗਏ ਸੀਗੇ ਜਦੋਂ ਟਾਈਮ ਜਿਹੜਾ 9 ਵਜੇ ਦਾ ਸੀਗਾ ਤਾਂ ਇਹਨਾਂ ਨੂੰ ਅੰਦਰ ਐਂਟਰ ਹੋਣ ਨਹੀਂ ਦਿੱਤਾ ਸਿਰਫ 5 ਮਿੰਟ ਜਾਂ ਕੁਝ ਸਮਾਂ ਦਾ ਜਿਹੜਾ ਰਹਿੰਦਾ ਸੀਗਾ ਪਰ ਅੰਦਰ ਨਹੀਂ ਜਾਣ ਦਿੱਤਾ ਕਾਫੀ ਤੁਸੀਂ ਦੇਖਿਆ ਹੋਣਾ ਇਹਨਾਂ ਨੇ ਗੁੱਸਾ ਵੀ ਸ਼ੋਅ ਕੀਤਾ ਸਰਕਾਰਾਂ ਦੇ ਖਿਲਾਫ ਕਿ ਸਰਕਾਰਾਂ ਤੇ ਸਿਸਟਮ ਕਿਸ ਤਰੀਕੇ ਨਾਲ ਲੋਕਾਂ ਨੂੰ ਨੌਜਵਾਨਾਂ ਨੂੰ ਜਿੱਥੇ ਬੇਰੋਜ਼ਗਾਰ ਜਿਹੜਾ ਰੋਜ਼ਗਾਰ ਦੇਣ ਦਾ ਵਾਅਦਾ ਕਰਦਾ ਪਰ ਉਹ ਵਾਅਦਾ ਕਿਤੇ ਨਾ ਕਿਤੇ ਪੂਰਾ ਨਹੀਂ ਹੁੰਦਾ ਕਿਵੇਂ ਖਜਲਖੁਆਰੀ ਕੀਤੀ ਕਿਉਂਕਿ ਪਾਣੀ ਭਰ ਗਿਆ ਸੀ ਸੜਕਾਂ 'ਤੇ ਤਾਂ ਕਈ ਜਿਹੜੇ
प्रीख्यार्थी सी समय से नहीं पहुँच सके, टाइम सीगा, ऑप्शन सी, पर इन्हों अंदर नहीं जान देता। गोविंदर जी साढ़े नाल ने, इन तो जानते हैं ये मामला की सी। ये दसो गोविंदर जी, तुम मुक्तसर साहब के रहने वाले हो? हाँ जी, मैं मुक्तसर साहब तो बिलोंग कर दी हाँ। तो उस दिन 22 तरीक मेरा सब इंस्पैक्टर का एग्जाम सेगा। तो जिमें ही मैं घरों निकली तो मैं बठिंडा बस स्टैंड जिमें एंटर किया तो बहुत ज़्यादा बारिश होने करके वैदर बहुत ज़्यादा खराब सेगा। तो सारिया रोड स्टक सीगियाँ, तो पानी 3 तो 4 4 फुट भरया होया सेगा। आप जो बस ली तो 2-3 बार सानू बस के भी प्रॉब्लम आई। गड्डिया मेरे को वीडियो प्रेजेंट हैगिया ने, गड्डिया जड़िया वो बहुत सारिया मतलब डुब चुकिया सी, काफ़ी लोगों दिया जिमें गड्डिया रस्ते खराब सी, उदे करके ना ट्रैफिक बहुत ज़्यादा स्टक हो गया सी। जिथे आदेश तो सानू सेंटर क्रॉस करन लग्या 1 तो 2 मिनट लगते हैं, उत्थे एक कट बनया होया, तुसी डायरेक्ट सीधा आदेश को उतर के बस तो तुसी सीधा नहीं जा सकते, थोनू क्रॉस करना पैंदा उपर दी। तां जिवें ही उत्थे भी काफ़ी ज़्यादा जाम लग्या होया सी, कुछ तो स्टूडेंट्स को जिवें एग्जाम देन आए सीगे उन्हां दीआं गड्डियां वगैरह सी जां कुछ होर कुछ, उत्थे पानी बहुत भरिया होया। 3 दिन तक उत्थे वैसे भी पानी भरिया रहा। तो जदों मतलब असी गए तो मैं 5 तो 7 मिनट उत्थे लग गए, मेरे तो पहला भी काफ़ी जने खड़े सीगे। तो गेट क्लोजिंग टाइम ठीक है वो बोल रहे सीगे इदा, पर साड़ी उन्होंने कोई भी गल नहीं सुनी। मैं पहली अपनी पहले इंटरव्यू च भी दस्या जिमें कि वो डेट शफल कर देंगे, जेडे फॉर्म फिल करन दी डेट हुंदी आ उन्हूं शफल कर सकते आ। तां वो कह रहे सी कि सारा पुलिस के अंडर ही हैगा, पुलिस डिपार्टमेंट कर सकती सीगी। तां वो सानू 9 बजे साडा जिहड़ा एग्जाम है वो स्क्रीन के उपर स्टार्ट हुंदा, ईवन कि साडे कोल 20 तो 25 मिनट फिर भी पए सी, वो किवें भी एडजस्ट कर सकते सीगे, पर उन्होंने साडी गल नहीं सुनी। उस तो बाद जो असी थोड़ा जहा उन्हें खिलाफ होने की कोशिश की तो उन्होंने लाठीचार्ज कर ऑर्डर भी दे दिता। ओदिया मेरे को वीडियोज़ है, मैं वीडियो क्लिप देना चाहूँगी। मैं यही असी फिर उस तो बाद अप्रोच की खुद तो बाय सैल्फ साड़ी सुनी तो किसी ने भी नहीं। फिर उस तो बाद असी अप्रोच ये की असी मेल्स पाइया CM साहब न, तो उन्होंने सानू मेल तो रिवर्ट यही आया कि तुसी DGP नाल जड़ा हैगा वो उन्होंने मेल करो। तो उतों सानू हजे तक कोई रिवर्ट नहीं आया। साड़ी यही मंग है भी जिन्हें कैंडिडेट्स पंजाब दे होर भी रह गए आ उस दिन किसी इस मतलब बारिश करके या वैदर खराब सी उस दिन, तां जिन्हें भी जने रहे आ सानू किसी भी शिफ्ट दे विच शिफ्ट तो सॉरी लंघ चुकी हैं, साडा रीशड्यूल करके जां तां एग्जाम लिया जावे या फिर सानू किसी होर बिहाफ ते जां कुछ भी सानू ट्रायल दे विच एंट्री करन दित्ती जावे। हाँ जी, सब इंस्पैक्टर का एग्जाम सी। ਜੀ ਇਹ ਵੀ ਦੇਖ ਰਹੇ ਆ ਤੁਸੀਂ ਪਹਿਲਾਂ ਵੀ ਦੱਸਿਆ ਕਿ ਤੁਹਾਡਾ ਹੌਬੀ ਮਤਲਬ ਤੁਹਾਨੂੰ ਸ਼ੁਰੂ ਤੋਂ ਸ਼ੌਂਕ ਸੀ ਕਿ ਮੈਂ ਪੁਲਿਸ ਦੇ ਵਿੱਚ ਹੀ ਜਾਣਾ ਹੈ। NCC ਕੈਡਿਟ ਵੀ ਰਹੀ ਹੋ ਤੁਸੀਂ? ਹਾਂਜੀ, ਮੈਂ NCC ਕੈਡਿਟ ਰਹੀ ਹਾਂ 2014 ਦੇ ਵਿੱਚ। ਮੈਂ RDC ਰਿਪਬਲਿਕ ਡੇ ਤੇ ਇੰਡੀਆ ਨੂੰ ਪ੍ਰੈਜ਼ੈਂਟ ਕਰਕੇ ਆਈ ਹਾਂ, ਤੇ ਉੱਥੇ ਮੈਂ ਆਲ ਇੰਡੀਆ ਕਮਾਂਡਰ ਵੀ ਸੀ ਮਤਲਬ ਆਪਣੇ ਡਾਇਰੈਕਟੋਰੇਟ ਦੀ। ਤਾਂ ਮੇਰੇ ਕੋਲ ਬਹੁਤ ਸਾਰੀਆਂ ਜਿਵੇਂ ਫੋਟੋਗ੍ਰਾਫਸ ਹੈਗੀਆਂ, ਮੈਂ ਉਹ ਚੈਨਲ ਨੂੰ ਦੇ ਸਕਦੀ ਹਾਂ। ਮੇਰੀ ਸ਼ੁਰੂ ਤੋਂ ਹੌਬੀ ਸੀ, ਮੇਰਾ ਡ੍ਰੀਮ ਸੀ ਕਿ ਮੈਂ ਇਸ ਲਾਈਨ ਦੇ ਵਿੱਚ ਜਾਣਾ, ਪਰ ਮੈਂ ਕਦੇ ਇਹ ਨਹੀਂ ਸੋਚਿਆ ਸੀ ਕਿ ਮੈਂ ਜਿਹੜੀ ਲਾਈਨ ਦੇ ਵਿੱਚ ਜਾਣਾ ਚਾਹੁੰਦੀ ਹਾਂ ਉੱਥੋਂ ਦਾ ਸਿਸਟਮ ਇੰਨਾ ਖਰਾਬ ਹੋ ਸਕਦਾ। ਤੁਸੀਂ ਉੱਥੇ ਅਸੀਂ ਦੇਖ ਰਹੇ ਵੀਡੀਓ 'ਚ ਕਾਫੀ ਜ਼ਿਆਦਾ ਗੁੱਸਾ ਬਹੁਤ ਚੜਿਆ, ਕੀ ਲੱਗਦਾ ਤੁਹਾਡਾ ਜਿਹੜਾ ਚਾਂਸ ਸੀਗਾ ਖੋਲ ਦਿੱਤਾ ਗਿਆ ਪ੍ਰਸ਼ਾਸਨ ਵੱਲੋਂ ਜਾਂ ਜਿਹੜੇ? ਹਾਂਜੀ, ਤੁਹਾਨੂੰ ਪਤਾ ਜਿਵੇਂ ਇਹਨਾਂ ਦੇ ਲਾਸਟ ਰੇਟ ਦਾ ਵਾਅਦਾ ਕੀਤਾ ਸੀ ਕਿ ਅਸੀਂ ਵਧਾਵਾਂਗੇ, ਵਧਾਈ ਤਾਂ ਨਹੀਂ ਗਈ, ਉਹੀ ਲਾਸਟ ਰੇਟ ਅੱਜ ਵੀ ਸੌਰੀ ਲਾਸਟ ਜਿਹੜੀ ਹੈਗੀ ਆ ਤੁਹਾਡੀ ਫਾਰਮ ਫਿਲ ਕਰਨ ਦੀ 28 ਈਅਰ ਹੀ ਹੈਗੀ ਆ। ਤਾਂ ਹੁਣ 5 ਸਾਲ ਪਹਿਲਾਂ ਭਰਤੀ ਨਹੀਂ ਆਈ ਜਦੋਂ ਦੀ ਸਰਕਾਰ ਬਣੀ ਆ, ਪਿਛਲੀ ਸਰਕਾਰ 2016 ਦੇ ਵਿੱਚ ਪੁਲਿਸ ਦੀ ਭਰਤੀ ਜਿਹੜੀ ਕਰਕੇ ਗਈ ਸੀ ਅਕਾਲੀ ਸਰਕਾਰ ਸੀਗੀ, ਹੁਣ ਇਹਨਾਂ ਨੇ 4 ਸਾਲਾਂ ਬਾਅਦ ਸਾਨੂੰ ਫਿਰ ਹੁਣ ਮੌਕਾ ਦਿੱਤਾ। ਤਾਂ ਹੁਣ ਵੀ ਜਿੰਨੀਆਂ ਕੁ ਪੋਸਟਾਂ ਆਈਆਂ ਅਸੀਂ ਫਿਰ ਐਲੀਜੀਬਲ ਹੋ ਕੇ ਚਲੋ ਭਰੀਆਂ, ਪਰ ਸਾਡਾ ਲਾਸਟ ਚਾਂਸ ਸੀ। ਪੋਸਟਾਂ ਸੀਗੀਆਂ ਇਸ ਵਾਰ ਜਿਹੜੀਆਂ 560 ਸੀਗੀਆਂ ਸਬ ਇੰਸਪੈਕਟਰ ਦੀਆਂ, ਇਹ ਲਾਸਟ ਹੀ ਚਾਂਸ ਸੀਗਾ ਸਾਡਾ। ਤਾਂ ਉਹ ਵੀ ਸਾਡੇ ਤੋਂ ਹੁਣ ਖੋਹ ਲਿਆ ਗਿਆ ਇੱਕ ਹਿਸਾਬ ਨਾਲ, ਮੈਨੂੰ ਨਹੀਂ ਲੱਗਦਾ ਹੁਣ ਇਸ ਤੋਂ ਬਾਅਦ ਜਾਂ ਫਿਰ ਸਾਡੀ ਜਿੰਨੇ ਵੀ ਅਸੀਂ ਜਣੇ ਰਹੇ ਹਾਂ ਸਾਡੀ ਇਹ ਮੰਗ ਵੀ ਹੈ ਜਾਂ ਫਿਰ ਸਾਨੂੰ ਏਜ ਦੇ ਵਿੱਚ ਐਕਸਟੈਂਸ਼ਨ ਦਿੱਤਾ ਜਾਵੇ 5 ਈਅਰ ਦਾ। ਕਿੰਨੀ ਕਿੰਨੀ ਏਜ ਤੱਕ ਦਾ ਸੀਗਾ ਇਹ ਜਿਹੜਾ ਜਨਰਲ ਦੇ ਲਈ ਸੀ? 28 ਈਅਰ ਤੱਕ ਤੁਸੀਂ ਫਿਲ ਕਰ ਸਕਦੇ ਸੀਗੇ। ਤੁਸੀਂ ਉੱਥੇ ਕਿਹਾ ਜਿਹੜੇ ਆਫੀਸਰ ਸੀਗੇ ਕਾਫੀ ਤੁਸੀਂ ਗੁੱਸੇ ਦੇ ਵਿੱਚ ਕਹਿ ਰਹੇ ਸੀ ਕਿ ਸਾਨੂੰ ਜਾਣ ਦਿਓ, ਕੁਝ ਟਾਈਮ ਰਹਿ ਗਿਆ, ਦੱਸਿਆ ਸਾਰਾ ਟਾਈਮ? ਤਾਂ ਕੁਝ ਟਾਈਮ ਤਾਂ ਆਪਾਂ ਉਹਨਾਂ ਦੀਆਂ ਰੋਕੇ ਮਿੰਨਤਾਂ ਹੀ ਕੀਤੀਆਂ ਵੀ ਸਾਡਾ ਫਿਊਚਰ ਦਾ ਸਵਾਲ ਹੈ। ਜਦੋਂ 9 ਵਜੇ ਸਕਰੀਨ 'ਤੇ ਪੇਪਰ ਆਉਣਾ, ਅਸੀਂ 8:30-8:30 ਖੜ੍ਹੇ ਸੀਗੇ, 8:30 ਤੋਂ ਲੈ ਕੇ ਅਸੀਂ 9:15 ਤੱਕ ਉਹਨਾਂ ਦੀਆਂ ਮਿੰਨਤਾਂ ਹੀ ਕੀਤੀਆਂ ਵੀ ਸਾਨੂੰ ਤੁਸੀਂ 1 ਮਿੰਟ ਦੇ ਕਰਕੇ ਸਾਡਾ ਫਿਊਚਰ ਨਾ ਖਰਾਬ ਕਰੋ, ਤੁਸੀਂ ਵੀ ਸਾਡੀ ਜਗ੍ਹਾ ਤੋਂ ਹੀ ਗਏ ਹੋ, ਤੁਸੀਂ ਸਿੱਧੇ ਡਾਇਰੈਕਟ ਆਫੀਸਰ ਨਹੀਂ ਗਏ। ਤਾਂ ਮਤਲਬ ਸਾਡੇ ਨਾਲ ਮਿਸਬਿਹੇਵ ਵੀ ਹੋਇਆ।
मतलब मेरे नाल हुण अज मैं नहीं कहती कि सारे खड़े आ जां कई बार किसी दियां कोई मजबूरियां भी हो सकदियां कोई नहीं खड़ पाया जां बहुत दूरों सी उह नहीं आ पाए जिन्ने कि असीं आ पाए अज असीं एक डिस्कशन रखी सीगी। हाँ जी लगता थोनू सरकारां जिस तरीके नाल साढ़े चार साल हो गए हुण 22 इलैक्शन हैगा कांग्रेस सरकार ने भर्ती करती लगता थोनू वोट बैंक वास्ते कीता सारा कुछ ड्रामेबाजी है। मैं फिलहाल तो कुछ भी इस चीज़ के नाल रिलेटेड कुछ कहना नहीं चाहती पर सारा कुछ लोगों के सामने ही आ सबनों सब दियाँ अखा खुल चुकी ने सो मैनू कहन दी कुछ भी इस रिगार्डिंग लोड़ नहीं हैगी मैनू लगता नहीं लोगों दियाँ खुद दियाँ अखा ही खुल चुकी ने। बड़ी मेहनत की है तुसी स्ट्रगल बहुत कर रहे हो ये टाइमिंग की सी एपीसोड होया जो उस तो बाद तुसी कहा उन्होंने कि बरसात पै रही है सानू जान दो की टाइमिंग की दी गई सी उत्थे टाइमिंग दा ये सी कि वह कहिंदे सी असी क्लोजिंग गेट आ जिहड़ा 8:30 दी टाइमिंग दित्ती आ 8:30 बजे असी मतलब एक अद्धा सैकेंड तो भावें लेट हुई मतलब तुहानू दस्सिया कि आदेश तो क्रॉस करन दे विच ही सानू 5-7 मिनट लग गए बिकॉज उत्थे पानी सी पैदल सीगे बस तो उतर के पैदल सीगे तो मतलब कुछ इहो जिहा तां है नहीं सी भी आपां उड के उत्थे डिग। हाँ जी सिर्फ 5 मिनट तो भी घटदा समां लेट। हाँ जी फिर असी उत्थे ए वी आ साडी मतलब साडियां जिहड़ियां फीसां गईयां असी तैयारी कर रहे सी इन्ने टाइम तो मतलब वो फीसिज असी इंस्टीट्यूट नूं दित्तियां असी 12,000 रुपये पर मंथ जिवें भी अपनी फीस पे की है तैयारी करन लई वह साडियां फीसां वह भी वेस्ट हो गई फिर साडा चांस भी मिस हो गया मतलब सानू सिर्फ मैं ये नहीं कहती कि हाँ साडा सोशल मीडिया ने ठीक है सपोर्ट किया पर मैं ये चाहनी हाँ साडी सपोर्ट तां ही होगी जे सानू साडा जिहड़ा नैक्सट चांस आ वह मिल सकदा ऑप्शन हैगी नैक्सट चांस की असी सोच रहे हैं भी जे वो सानू रिवर्ट कर रहे हैं कि DGP दे अंडर आ तो असी उन्होंने रिक्वेस्ट करनी चाहते हैं भी प्लीज़ तुसी इस टॉपिक ते ध्यान दो ते असी भी उन्होंने को अप्रोच करन दी कोशिश करांगे अगर सानू मिल पाउंगे तो लगता है कि जी जिस तरीके नाल समा हजे हैगा सी 9 बजे एग्जाम स्टार्ट होना सी पर रिलैक्सेशन कुछ जिहड़ी उत्थे ड्यूटी ते सीगी अफसर वह भी दे सकदे सी टाइमिंग थोड़ा बहुत। हाँ जी वह दे सकदे सी क्योंकि जिहड़ा असी सैकेंड शिफ्ट का मैं एग्जाम दिता है मेरा 5 बजे स्टार्ट सी मैनू उन्होंने 4:15 एंटर कर लिया सी 4:15 मैं बैठ गई सी जाके मेरा बायोमैट्रिक हो 1 सैकेंड का काम सी वह होया उस तो बाद जो एग्जाम बैठे जिन्ना चिर सही एग्जैक्ट 5 नहीं वजे उन्नी देर स्क्रीन पर जिहड़ा पेपर शो नहीं होया पहली शिफ्ट वाला जिहड़ा एग्जाम सी वह थोड़ा मिस होया वो मिस होया उन्हें शफल कर सकते सीगे किसी सीनियर ऑफिसर ना गल करके पर उन्होंने कोशिश ही नहीं की। मांग करते हो मांग यही है भी जां तां सानू अपनी एलिजिबिलिटी लई एक चांस दिता जाए बाकी असी जो साढ़े तो होया असी देख रहे हैं भी की करना चाहिए पर थोनू लगता है दुख बहुत पहुँचता जो आप बिल्कुल मंजिल के नेड़े होइए तो थोड़ी जी भी मदद की लड़ उ जी थोनू कर उन्होंने करनी चाहिए थोड़ी वो नहीं की किन्ने कि नमोशी होंगी है बहुत पहला तो यही सी ना पहला तो उन्होंने मिन्नत ही कीतियाँ फिर उस तो बाद जो बंदे का दिल बहुत दुखी होंगे वह उस टाइम ही बोलता अदरवाइज किसी का दिल नहीं करता होंगे कि वह बोले जनू कुछ भी वो एक्स्ट्रा बोले मतलब ये गल्ला मतलब वो सोच के नहीं आता होंगे जोड़ा वो हो जाता है ये सोचा ही नहीं सी मैं तो कदे भी जिंदगी ये इंसीडेंट भी हो। हाँ जी मैं चाहनी हाँ कि मैं तो यह भी चाहती सी कि बाकी स्टेटा के NCC इन्ना प्रैफर किया जाता है मैं तो यह भी चाहती सी कि कुछ स्पैशल कोटा भी रखना चाहिए हर कोई नहीं करता एटलीस्ट जे कोई RDC रिपब्लिक डे ते प्रजेंट करके आता तो स्पैशली वास्ते कुछ ना कुछ तो गवर्नमेंट नू करनो। हाँ जी शिवराज पाटिल तो उस टाइम सुखबीर सिंह बादल सीगे तो उन्होंने तो मतलब जो मैं वापस आई सी दिल्ली तो कैप्टन साहब तो यही मंग है भी तुसी साडे इस टॉपिक ते थोड़ा जा ध्यान दिओ असी चाहुंदे आ भी साडे जिहड़े एलिजिबल कैंडिडेट रह गए आ तुसी एक बार उन्हां नूं चांस जरूर दिओ इत्थों हैगे आ 50+ हैगे ने पर वह दूर होण करके आ नहीं पा रहे वह कह रहे आ कि सानू ट्रैवल करना पै रहा भी सानू लग नहीं रहा भी कोई सल्यूशन होगा। बिल्कुल ये गोविंदर कौर है जिहड़े सब इंस्पैक्टर दा टैस्ट देण वास्ते पहुंचे सी 22 तरीक नूं ये प्रशासन भी जिम्मेवार है क्योंकि बठिंडा शहर के पानी जोड़ा भरता है वो अज तक नहीं भरता पिछले लंबे समा तो लोग इस जी परेशानी तो झेलते आ रहे तो इस परेशानी करके ये 50 के करीब जो नौजवान सके जिन्होंने सब इंस्पैक्टर का टैस्ट देना से जिन्हों का भविख बनना से कितना कितने बठिंडा प्रशासन की गलती करके भी अज वह खमियाजा भुगत रहे तो दूजे पास पंजाब पुलिस के जोड़े व्डे अफसर है उन्होंने भी चाहिए कि जेकर टाइम दिता गया 9 बजे उन्होंने एंटर एग्जाम शुरू होना सी 8:30 पहुँचना सी तो मीह के करके थोड़ी रिलैक्सेशन इन्हें जरूर देंगे ताकि इन्हों का जो भविख है खराब ना हो इस करके
हुणे मंग कर रहे कि पंजाब दे मुख्यमंत्री तो कि जिन्होंने पुलिस की भर्ती कढ़ी है पर सिस्टम कितना कितने इस तरीके की कार्रवाई कर रहा है जिस तो उन्होंने काफ़ी ज़्यादा नामोशी होंगी। इस करके सरकार को चाहिए कि यह जी बच्चियों का हल है जो पहल के तौर के उत्ते करना चाहिए। कैमरामैन छपिंदर के नाल अमित शर्मा डेली पोस्ट पंजाबी श्री मुक्तसर साहब।